ਆ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਲੋਕਾਂ ਨੂੰ ਮਿਲੇਗਾ ਘਰਾਂ ਤੇ ਜ਼ਮੀਨਾਂ ਦਾ ਮਾਲਕੀ ਹੱਕ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸਕੀਮਾਂ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਘਰਾਂ ਤੇ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਲਈ ਨਵੀਂ ਸਕੀਮ ਮੇਰਾ ਘਰ ਮੇਰੇ ਨਾਮ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਲਾਲ ਲਕੀਰ ਵਾਲੇ ਘਰਾਂ ਤੇ ਜ਼ਮੀਨਾਂ ਦੀ ਰਜਿਸਟਰੀ ਬਣੇਗੀ ਦੱਸਦੀ ਹੈ ਲਾਲ ਲਕੀਰ ਵਾਲੇ ਘਰਾਂ ਤੇ ਜ਼ਮੀਨਾਂ ਦੀ ਪਹਿਲਾਂ ਰਜਿਸਟਰੀ ਨਹੀਂ ਬਣਦੀ ਸੀ ਜਿਸ ਕਾਰਨ ਲੋਕਾਂ ਨੂੰ ਮਾਲਕੀ ਹੱਕ ਨਹੀਂ ਮਿਲਦਾ ਸੀ ਪਰ ਹੁਣ ਸਰਕਾਰ ਨੇ ਇਨ੍ਹਾਂ ਜ਼ਮੀਨਾਂ ਤੇ ਘਰਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਮੇਰੀ ਘਰ ਮੇਰਾ ਮੇਰਾ ਕਰ ਮੇਰੇ ਨਾਮ ਸਕੀਮ ਦੀ ਸ਼ੁਰੂਆਤ ਨਾਭਾ ਦੇ ਪਿੰਡਾਂ ਚੋਂ ਚਲ ਤੋਂ ਕੀਤੀ ਹੈ ਸਰਕਾਰ ਡਰੋਨ ਦੇ ਰਾਹੀਂ ਘਰਾਂ ਤੇ ਜ਼ਮੀਨਾਂ ਦਾ ਨਕਸ਼ਾ ਤਿਆਰ ਕਰਵਾ ਰਹੀ ਹੈ ਜੋ ਲਾਲ ਲਕੀਰ ਦੇ ਅੰਦਰ ਆਉਂਦੇ ਨੇ ਲਾਲ ਲਕੀਰ ਵਾਲੇ ਘਰਾਂ ਦੀਆਂ ਰਜਿਸਟਰੀਆਂ ਬੰਦਗੀਆਂ ਉਹਨਾਂ ਨੂੰ ਲੋਨ ਮਿਲਿਆ ਕਰੇਗਾ ਜਿਸ ਦਾ ਸਿੱਧਾ ਫਾਇਦਾ ਲੋਕਾਂ ਨੂੰ ਹੋਵੇਗਾ ਅਹਿਮ ਖਬਰਾਂ ਜੀ ਹੁਣ ਕਲੋਨੀ ਕਟਣਾ ਹੋਵੇਗਾ ਆਸਾਨ ਸਰਕਾਰ ਦੀ ਨਵੀਂ ਪਾਲਿਸੀ ਤਹਿਤ ਮੰਗੇ ਸੁਝਾਅ ਸੂਬੇ ਦੇ ਵਿੱਚ ਹੇਠਲੇ ਮੱਦਮ ਦਰਜੇ ਦੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਕਿਫਾਇਤੀ ਮਕਾਨਾਂ ਦੀ ਉਸਾਰੀ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਦੀ ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਜਲਦੀ ਹੀ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ ਲੋਕਾਂ ਤੋਂ ਸੁਝਾਅ ਲੈਣ ਵਾਸਤੇ ਇਸ ਨੀਤੀ ਦਾ ਖਰੜਾ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ ਜੀ ਜਾਣਕਾਰੀ ਸਾਂਝੀ ਕਰਦੇ ਆ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੂੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੇ ਆਪਣੇ ਘਰ ਦਾ ਸੁਪਨਾ ਸਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਪੰਜਾਬ ਫੋਰਡੇਬਲ ਹਾਊਸਿੰਗ ਨੀਤੀ 2022 ਤਿਆਰ ਕੀਤੀ ਹੈ ਤੇ ਲੋਕਾਂ ਤੋਂ ਸੁਝਾਅ ਲੈਣ ਵਾਸਤੇ ਇਸ ਨੀਤੀ ਦਾ ਖਰੜਾ punjab.gov.in ਤੇ اپلوڈ ਕਰ ਦਿੱਤਾ ਹੈ ਤੇ 19 اکتوبر 2022 تک اپنے ਸੁਝਾਅ ਲਿਖਤੀ ਰੂਪ ਵਿੱਚ ਦੇ ਸਕਦੇ ਨੇ ਇਸ ਨਵੀਂ ਨੀਤੀ ਦੇ ਤਹਿਤ ਪਲਾਂਟਾਂ ਵਾਲੀ ਕਲੋਨੀ ਵਾਸਤੇ ਕਟੋਕਟ ਰਕਬਾ 5 ਏਕੜ ਮਿਥਿਆ ਗਿਆ ਤੇ گروپ ہاؤسنگ ਲਈ 2 ਏਕੜ ਅਤੇ ਆਮ ਲੋਕਾਂ ਨੂੰ ਸਸਤੀਆਂ ਦਰਾਂ ਤੇ ਪਲਾਂਟ ਮੁਹਿਆ ਕਰਵਾਉਣ ਲਈ ਸਧਾਰਨ ਕੌਲੀਆਂ ਕਲੋਨੀਆਂ ਦੇ ਵਿੱਚ ਵਿਕਰੀ ਹੋ ਖੇਤਰ ਨੂੰ 55 فیصد دی ਤੋਂ ਵਧਾ ਕੇ 65 فیصد کر ਦਿੱਤਾ ਗਿਆ ਹੈ ਜੇਲ੍ਹ ਤੋਂ ਬਾਹਰ ਆਉਂਦੇ ਹੀ ਕਿਸ ਨੂੰ ਵੋਟਾਂ ਪਾਉਣ ਦਾ ਇਸ਼ਾਰਾ ਕਰ ਗਿਆ ਰਾਮ ਰਹੀਮ ਡੇਰਾ ਮੁਖੀ ਦਾ ਸੰਦੇਸ਼ ਡੇਰਾ ਸੌਦਾ ਸਾਧ ਸੰਚਾਲਕ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਤੋਂ ਪੈਰੋਲ ਉੱਤੇ ਬਾਹਰ ਆ ਗਿਆ 40 ਦਿਨਾਂ ਦੀ ਛੁੱਟੀ ਮਿਲੀ ਹੈ ਜੀ ਉੱਤਰ ਪ੍ਰਦੇਸ਼ ਦੇ ਬਾਗਪੱਤ ਡੇਰੇ ਚੋਂ ਰਹੇਗਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਹਰਿਆਣਾ ਦੇ ਆਦਮਪੁਰ ਵਿੱਚ ਹੋਣ ਜਾਰੀਆਂ ਵਿਧਾਨ ਸਭਾ ਚੋਣਾਂ ਵਿੱਚ ਉਪਚੋਣਾ ਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਸ਼ਾਰਿਆਂ-ਇਸ਼ਾਰਿਆਂ ਵਿੱਚ ਆਪਣੇ ਸ਼ਰਦਾ ਲਵਾਂ ਨੂੰ ਚੋਣ ਸੰਦੇਸ਼ ਜਾਰੀ ਕੀਤਾ ਹੈ। ਰਾਮ ਰਹੀਮ ਨੇ ਪੈਰੋਕਾਰਾਂ ਨੂੰ ਜਾਰੀ ਸੰਦੇਸ਼ ਚੁੱਕਿਆ ਕਿ ਤੁਹਾਨੂੰ ਕਿਹਾ ਗਿਆ ਸੀ ਉਸ ਨੂੰ ਮੰਨਦੇ ਰਹੋ ਜਿਵੇਂ ਜ਼ਿੰਮੇਵਾਰ ਲੋਕ ਜੋ ਵੀ ਕਹਿਣ ਉਹੀ ਕਰੋ ਆਪਣੀ ਮਰਜ਼ੀ ਨਾਲ ਕਰਨ ਦੀ ਲੋੜ ਨਹੀਂ ਦੱਸਦੀ ਹੈ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਰਾਮ ਰਹੀਮ ਰੋਤਕ ਦੀ ਸਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਤੇ ਰਾਮ ਰਹੀਮ 40 ਦਿਨਾਂ ਦੀ ਪੈਰੋਲ 30 ਦਿਨਾਂ ਬਾਅਦ ਹੀ ਵਾਪਸ ਆ ਜਾਂਦਾ ਹੈ। ਰਾਮ ਰਹੀਮ ਆਪਣੇ ਪੈਰੋਕਾਰਾਂ ਦੇ ਵਿੱਚ ਸੰਦੇਸ਼ ਦਿੱਤਾ ਕਿ ਅਸੀਂ ਆਸ਼ਰਮ ਪਹੁੰਚ ਗਏ ਹਾਂ ਮਾਲਕ ਸਭ ਨੂੰ ਖੁਸ਼ੀਆਂ ਦੇਵੇ। ਅੱਤਵਾਦੀਆਂ ਦੇ ਨਿਸ਼ਾਨੇ ਤੇ ਕਸ਼ਮੀਰੀ ਪੰਡਤ ਸ਼ੌਪੀਆ ਤੇ ਪੂਰਨ ਕ੍ਰਿਸ਼ਨ ਦੀ ਗੋਲੀ ਮਾਰ ਕੇ ਹੱਤਿਆ। ਜੰਮੂ ਕਸ਼ਮੀਰ ਦੇ ਵਿੱਚ ਇੱਕ ਵਾਰ ਫਿਰ ਅੱਤਵਾਦੀਆਂ ਦੇ ਨਿਸ਼ਾਨਿਆਂ ਤੇ ਕਸ਼ਮੀਰੀ ਪੰਡਤ ਖੰਨ ਸ਼ੌਪੀਆ ਦੇ ਪਿੰਡ ਚੌਧਰੀ ਗੁੱਡ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਕਸ਼ਮੀਰੀ ਪੰਡਤ ਨੂੰ ਗੋਲੀ ਮਾਰ ਦਿੱਤੀ ਗਈ ਹੈ। ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਉਸ ਨੂੰ ਮਰਿਤਕ ਐਲਾਨ ਦਿੱਤਾ ਹੈ। ਮਾਰੇ ਗਏ ਵਿਅਕਤੀ ਦੀ ਪਛਾਣ ਪੂਰਨ ਕ੍ਰਿਸ਼ਨ ਦੇ ਵਜੋਂ ਹੋਈ ਹੈ ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਨਾਗਰਿਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਅਗਸਤ ਵਿੱਚ ਸੁਤੰਤਰਤਾ ਦਿਵਸ ਮੌਕੇ ਘਾਟੀ ਵਿੱਚ ਗੱਡੀ ਦੀ ਤਿਰੰਗਾ ਯਾਤਰਾ ਤੋਂ ਭੜਕੇ ਅੱਤਵਾਦੀਆਂ ਨੇ ਦੋ ਕਸ਼ਮੀਰੀ ਪੰਡਤਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਇਲਾਕੇ ਦੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ ਬਾਈਡਨ ਨੇ ਦੱਸਿਆ ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਪਰਮਾਣੂ ਹਥਿਆਰਾਂ ਦਾ ਜ਼ਿਕਰ ਕਰਦਿਆਂ ਲਾਇਏ ਦੋਸ਼ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਪਾਕਿਸਤਾਨ ਤੇ ਨਿਸ਼ਾਨਾ ਸਾਧਿਆ ਅਮਰੀਕੀ ਮਤ ਕਾਲੀ ਚੋਣਾਂ ਲਈ ਫੰਡ ਇਕੱਠਾ ਕਰਨ ਦੇ ਇੱਕ ਸਮਾਗਮ ਦੌਰਾਨ ਬਾਈਡਨ ਨੇ ਪਾਕਿਸਤਾਨ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਦੇ ਵਿੱਚੋਂ ਇੱਕ ਕਿਹਾ ਇਹਨਾਂ ਨੇ ਬਾਈਡਨ ਨੇ ਇਟਲੀ ਅਤੇ ਹੰਗਰੀ ਵਰਗੇ ਦੇਸ਼ਾਂ ਤੇ ਵੀ ਨਿਸ਼ਾਨਾ ਸਾਧਿਆ ਜ਼ਿਕਰਯੋਗ ਹੈ ਕਿ ਬਾਈਡਨ ਦੱਖਣ ਪੱਛਮੀ ਦੇਸ਼ਾਂ ਰੂਸ ਅਤੇ ਯੂਕਰੇਨ ਦੇ ਵਿੱਚ ਪੁਤਿਨ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੀ ਲੋਕਤੰਤਰੀ ਹਾਲਤ ਵਿਗੜ ਰਹੀ ਹੈ ਜਿਸ ਨੂੰ ਲਗਾਤਾਰ ਬਿਆਨ ਕਰ ਰਹੇ ਹਨ ਇਸੇ ਕੜੀ ਦੇ ਵਿੱਚ ਉਹਨਾਂ ਨੇ ਤਿੰਨ ਦੇਸ਼ਾਂ ਨੂੰ ਘੇਰ ਲਿਆ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ਘੇਰਦਿਆਂ ਵੱਡਾ ਬਿਆਨ ਦਿੱਤਾ ਹੈ ਸੋ ਅਗਲੀ ਵੱਡੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਵੇਰਕਾਂ ਨੇ ਇੱਕ ਵਾਰ ਫਿਰ ਦੁੱਧ ਦੀਆਂ ਕੀਮਤਾਂ 'ਚ ਕੀਤਾ ਵਾਅਦਾ ਨਵੀਆਂ ਕੀਮਤਾਂ ਅੱਜ ਹੋਣਗੀਆਂ ਲਾਗੂ ਤਿਹਾਰਾਂ ਦੇ ਸੀਜ਼ਨ ਵਿੱਚ ਵੇਰਕਾਂ ਨੇ ਇੱਕ ਵਾਰ ਫਿਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ ਜੀ ਵੇਰਕਾਂ ਨੇ 1 ਕਿਲੋ ਦੁੱਧ ਦੀ ਕੀਮਤ 2 ਰੁਪਏ ਵਾਅਦਾ ਕੀਤਾ ਜਦਕਿ ਅੱਧੇ ਕਿਲੋ ਦੇ ਪੈਕਟ ਵਿੱਚ 1 ਰੁਪਏ ਦਾ ਵਾਅਦਾ ਕੀਤਾ ਤੇ ਦੁੱਧ ਦੀਆਂ ਨਵੀਆਂ ਕੀਮਤਾਂ 16 ਅਕਤੂਬਰ ਤੋਂ ਲਾਗੂ ਹੋਣਗੀਆਂ ਵੇਰਕਾਂ ਨੇ 4 ਮਹੀਨਿਆਂ ਵਿੱਚ ਦੋ ਵਾਰ ਦੁੱਧ ਦੇ ਰੇਟਾਂ ਨੂੰ ਵਧਾ ਦਿੱਤਾ ਤੇ ਇਸ ਪਿਛੇ ਤਾਰੇ ਕਹਿੰਗੇ ਕਿ ਚਾਰਾ ਤੇ ਹੋਰ ਚੀਜ਼ਾਂ ਮਹਿੰਗੀਆਂ ਹੋ ਚੁੱਕੀਆਂ ਨੇ ਜੇ ਇਸ ਸਥਿਤੀ ਵਿੱਚ ਦੁੱਧ ਦੇ ਰੇਟ ਬਣਾਏ ਜਾਣੇ ਚਾਹੀਦੇ ਹਨ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤਿਹਾਰਾਂ ਦੇ ਸੀਜ਼ਨ ਵਿੱਚ ਦੁੱਧ ਦੀਆਂ ਕੀਮਤਾਂ ਤੋਂ ਬਾਅਦ ਆਮ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ ਇਸ ਨਾਲ ਰਸੋਈ ਦਾ ਬਜਟ ਵੀ ਹਿੱਲ ਜਾਵੇਗਾ ਥੋੜੇ ਸਮੇਂ ਲਈ ਵੀ ਪੰਜਾਬ ਵਿੱਚ ਰਹਿਣ ਵਾਲਿਆਂ ਤੋਂ ਪੰਜਾਬੀ ਬੋਲਣ ਦੀ ਉਮੀਦ ਹਾਈ ਕੋਰਟ ਐਂਡੀਪੀਐਸ ਦੇ ਦੋਚੀ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਸਮੇਂ ਤੋਂ ਰਹਿ ਰਹੇ ਅਤੇ ਕੰਮ ਕਰਨ ਵਾਲੇ ਵਿਅਕਤੀ ਤੋਂ ਪੰਜਾਬੀ ਭਾਸ਼ਾ ਵਿੱਚ ਮੁਹਾਰਤ ਦੀ ਉਮੀਦ ਕੀਤੀ ਜਾਂਦੀ ਹੈ ਪਟੀਸ਼ਨ 'ਚੋ ਦਾਵਾ ਕੀਤਾ ਗਿਆ ਕਿ ਦੋਚੀ ਪੰਜਾਬੀ 'ਚ ਲਿਖੇ ਗੈਰ ਸਹਿਮਤੀ ਅਤੇ ਸਮਝੌਤਿਆਂ ਨੂੰ ਸਮਝ ਨਹੀਂ ਸਕਿਆ ਕਿਉਂਕਿ ਉਹ ਬਿਹਾਰ ਦਾ ਮੂਲ ਨਿਵਾਸੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਦੀ ਸਜ਼ਾ ਨੂੰ ਬਰਕਰਾਰ ਰੱਖ ਦੇ ਕੇ ਕਿ ਪੰਜਾਬ ਵਿੱਚ ਕੁਝ ਸਮੇਂ ਤੋਂ ਰਹਿ ਰਹੇ ਕੰਮ ਕਰਨ ਵਾਲੇ ਵਿਅਕਤੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਸ ਨਾਲ ਕੀ ਗੱਲ ਕੀਤੀ ਗਈ ਸੀ ਉਸ ਨੂੰ ਸਮਝਣ ਦੀ ਹੱਦ ਤੱਕ ਪੰਜਾਬੀ ਭਾਸ਼ਾ ਨਾਲ ਜਾਣੂ ਹੋਵੇਗਾ। ਮੈਡੀਕਲ ਕਾਲਜਾਂ ਵਿੱਚ 85% ਦੀ ਸੀਟਾਂ ਸਿਰਫ ਪੰਜਾਬੀਆਂ ਲਈ ਰਾਖਵੀਆਂ ਯੋਗਤਾ ਨਿਯਮਾਂ 'ਚ ਹੋਇਆ ਬਦਲਾ ਪੰਜਾਬ ਦੇ ਵਿੱਚ। MBBS ਤੇ BDS ਕੋਰਸਾਂ ਦੇ ਦਾਖਲੇ ਦੀ ਯੋਗਤਾ ਨਿਯਮ ਬਦਲ ਗਏ ਨੇ ਬਾਬਾ ਫਰੀਦ ਯੂਨੀਵਰਸਿਟੀ ਅਨੁਸਾਰ ਪੰਜਾਬ ਵਿੱਚ 12ਵੀਂ ਪਾਸ ਕਰਨ ਵਾਲੇ ਜਾਂ ਪੰਜਾਬ ਦੇ ਵਿੱਚ ਪੈਦਾ ਹੋਏ ਅਤੇ ਪੱਕੇ ਤੌਰ ਤੇ ਰਹਿائش ਦੀ ਜਾਣਕਾਰੀ ਦੇਣ ਵਾਲੇ ਹੀ ਰਾਜਕੋਟੇ ਦੀਆਂ 85% ਸੀਟਾਂ ਦੇ ਦਾਖਲੇ ਲਈ ਯੋਗ ਹੋਣਗੇ ਫੈਸਲੇ ਤੋਂ ਬਾਅਦ ਉਮੀਦਵਾਰਾਂ ਦੇ ਆਨਲਾਈਨ ਬਿਨੇ ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 13 ਅਕਤੂਬਰ ਤੋਂ ਵਧਾ ਕੇ 15 ਅਕਤੂਬਰ ਕਰ ਦਿੱਤੀ ਹੈ ਰਾਮ ਰਹੀਮ 40 ਦਿਨਾਂ ਦੀ ਪੈਰੋਲ ਤੇ ਸੁਨਾਰੀਆ ਜੇਲ੍ਹ ਚੋਂ ਆਇਆ ਬਾਹਰ ਬਾਗਪਤ ਆਸ਼ਰਮ ਲਈ ਹੋਇਆ ਰਵਾਨਾ। ਰਾਮ ਰਹੀਮ ਸਾਧਵੀ ਯੋਜਨ ਦੇ ਵਿੱਚ ਸੁਨਾਰੀਆ ਜੇਲ੍ਹ ਤੋਂ 20 ਸਾਲ ਅਤੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਚਾਹ ਪੀਣ ਵਾਲਿਆਂ ਲਈ ਖੁਸ਼ਖਬਰੀ ਹੈ ਜੀ ਦਿਨ ਦੇ ਵਿੱਚ ਦੋ ਕੱਪ ਚਾਹ ਪੀਣ ਦੇ ਲਾਭ ਕਰਨਗੇ ਹੈਰਾਨ ਲੰਬੀ ਉਮਰ ਦਾ ਵੀ ਛੁਪਿਆ ਰਾਜ਼ ਦਿਨ ਵਿੱਚ ਦੋ ਕੱਪ ਚਾਹ ਪੀਣ ਦੇ ਸੇਤ ਲਾਭ ਜਾਣ ਕੇ ਤੁਸੀਂ ਹੈਰਾਨ رہ ਜਾਵੋਗੇ ਜੇ ਇੱਕ ਤਾਜ਼ਾ ਅਧਿਐਨ ਦੇ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਹਰ ਰੋਜ਼ ਦੋ ਕੱਪ ਤੋਂ ਵੱਧ ਚਾਹ ਪੀਂਦੇ ਨੇ ਉਹ ਲੰਬੇ ਸਮੇਂ ਤੱਕ ਜਿਉਣ ਦੀ ਸੰਭਾਵਨਾ ਹੈ ਐਨਲਫ ਆਫ ਇੰਟਰਨੈਸ਼ਨਲ ਮੈਡੀਸਨ ਦੇ ਵਿੱਚ ਪ੍ਰਕਾਸ਼ਿਤ ਅਧਿਐਨ ਚ ਪਾਇਆ ਗਿਆ ਕਿ ਦੋ ਜਾਂ ਦੋ ਤੋਂ ਵੱਧ ਚਾਹ ਪੀਂਦੇ ਨੇ ਚਾਹ ਪੀਣ ਵਾਲਿਆਂ ਨਾਲੋਂ ਨਾ ਪੀਣ ਵਾਲਿਆਂ ਦੇ ਨਾਲੋਂ ਮੌਤ ਦੀ ਖਤਰਾ ਜਿਹੜਾ 13% ਦੀ ਘੱਟ ਹੁੰਦਾ ਹੈ ਸਾਡੀ ਸਿਹਤ ਵਿੱਚ 10 ਗੁਣਾ ਸੁਧਾਰ ਕਰਦਾ ਜੀ ਕਾਲੀ ਚੀ ਪੀਣ ਨਾਲ ਵੀ ਮਨੁੱਖੀ ਸਿਹਤ ਚ ਸੁਧਾਰ ਹੁੰਦਾ ਜੀ ਚਾਹ ਤੇ ਖੋਸ ਟੀਮ ਨੇ ਖਾਸ ਤੌਰ ਤੇ ਯੂਕੇ ਬਾਇਓਟੈਕ ਤੋਂ ਡਾਟਾ ਇਕੱਠਾ ਕੀਤਾ ਹੈ ਪੰਜਾਬ ਦੇ ਵਿੱਚ ਸਿਰਫ ਪਰਾਲੀ ਸਿਰਫ ਸਾੜ ਹੀ ਨਹੀਂ ਜਾ ਰਹੀ ਉਸ ਦੀ ਮਦਦ ਨਾਲ ਬਿਜਲੀ ਵੀ ਪੈਦਾ ਹੋ ਰਹੀ ਹੈ ਜੀ ਪਰਾਲੀ ਨੂੰ ਅੱਗ ਲੱਗਦੀ ਦੇਖਦੇ ਤਾਂ ਬਹੁਤ ਦੁੱਖ ਹੁੰਦਾ ਹੈ ਸੋਚਦੇ ਆ ਕਿ ਇਸ ਪਰਾਲੀ ਨੂੰ ਨਹੀਂ ਬਲਕਿ ਪੈਸੇ ਨੂੰ ਅੱਗ ਲੱਗ ਰਹੀ ਹੈ ਦੀ ਇਹ ਕਹਿਣਾ ਹੈ ਪਰਾਲੀ ਤੋਂ ਬਿਜਲੀ ਪੈਦਾ ਕਰਕੇ ਆਪਣੀ ਫੈਕਟਰੀ ਚਲਾਉਣ ਵਾਲੇ ਗਣੇਸ਼ ਐਡੀਬਲਜ਼ਰ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਹੰਸ ਰਾਜ ਗਰਗਦਾ ਉਹਨਾਂ ਨੇ ਕਿਹਾ ਕਿ ਕੰਪਨੀ ਖਾਣ ਵਾਲਾ ਤੇਲ ਤਿਆਰ ਕਰਦੀ ਹੈ ਤੇ ਪਲਾਂਟ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਤੇ ਅੰਮ੍ਰੋਲ ਇਲਾਕੇ ਦੇ ਸ਼ਾਹਪੁਰ ਪਿੰਡ ਚ ਸਥਿਤ ਹੈ ਇਸ ਪਲਾਂਟ ਨੂੰ ਚਲਾਉਣ ਲਈ ਜੋ ਬਿਜਲੀ ਵਰਤੀ ਜਾਂਦੀ ਉਸ ਨੂੰ ਪੈਦਾ ਕਰਨ ਲਈ ਪਰਾਲੀ ਨੂੰ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ ਤੁਰਕੀ ਦੀ ਕੋਲਾ ਖਾਨ ਦੇ ਵਿੱਚ ਵੱਡਾ ਧਮਾਕਾ 22 ਲੋਕਾਂ ਦੀ ਮੌਤ ਕਈ ਜ਼ਖਮੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਤੁਰਕੀ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਉੱਤਰੀ ਤੁਰਕੀ ਚ ਕੋਲੇ ਦੀ ਖਾਨ ਵਿੱਚ ਹੋਏ ਬੰਬ ਧਮਾਕੇ 'ਚ 22 ਲੋਕਾਂ ਦੀ ਮੌਤ ਹੋ ਗਈ ਹੈ ਇਹ ਧਮਾਕਾ ਸ਼ੁੱਕਰਵਾਰ ਨੂੰ ਕਾਲੇ ਸਾਗਰ ਤੱਟੀ ਸੂਬੇ ਦੇ ਬਾਰਕਨ ਅਤੇ ਅਮਾਸਾਰਾ ਸ਼ਹਿਰ ਦੇ ਵਿੱਚ ਹੋਇਆ ਧਮਾਕੇ ਦੇ ਵਿੱਚ 110 ਲੋਕ ਮੌਜੂਦ ਸਨ ਦੁਨੀਆ ਦੀ ਭੀੜ ਵਿੱਚ ਵਿਰਲੇ ਹੀ ਸਨ ਡਾਕਟਰ ਅਬਦੁਲ ਕਲਾਮ ਹਰ ਇੱਕ ਲਈ ਬਨੇ ਪ੍ਰੇਰਣਾ ਜ਼ਿੰਦਗੀ ਦੀਆਂ तमाम तरह ਦੀਆਂ ਔਕੜਾਂ ਦੇ ਬਾਵਜੂਦ ਉਲੰਧੀਆਂ ਤੱਕ ਪਹੁੰਚਣ ਵਾਲੇ ਦੁਨੀਆ ਦੀ ਭੀੜ ਵਿੱਚੋਂ ਵਿਰਲੇ ਹੁੰਦੇ ਹਨ ਅਜਿਹੀ ਸ਼ਖਸੀਅਤ ਸਨ ਦੇਸ਼ ਦੇ 11ਵੇਂ ਰਾਸ਼ਟਰਪਤੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਦੁਨੀਆ ਨੂੰ ਆਪਣੇ ਹਾਲਾਤਾਂ ਤੋਂ ਪਾਰ ਪਾ ਕੇ ਬੁਲੰਦੀਆਂ ਸਰ ਕਰਨ ਦੀ ਪ੍ਰੇਰਣਾ ਦੇਣ ਵਾਲੇ ਸਾਬਕਾ ਰਾਸ਼ਟਰਪਤੀ ਮਰਹੂਮ ਡਾਕਟਰ एपीजी ਦੇ ਅਰਬੁਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਦੱਖਣੀ ਭਾਰਤੀ ਸੂਬੇ ਤਾਮਿਲਨਾਡੂ ਦੇ ਰਾਮੇਸ਼ਵਰ ਵਿੱਚ ਹੋਇਆ ਸੀ ਉਹਨਾਂ ਦਾ ਪੂਰਾ ਨਾਮ ਅਬੁੱਲ 파ਰਕ ਜੈਨਾ ਲਾਬੁਦੀਨ ਅਬਦੁਲ ਕਲਾਮ ਸੀ ਭਾਰਤ ਨੂੰ ਮਜਾਹਿਲ ਅਤੇ ਪਰਮਾਣੂ ਸ਼ਕਤੀ ਸੰਪੂਰਨ ਬਣਾਉਣ ਲਈ ਅਬਦੁਲ ਕਲਾਮ ਦਾ ਯੋਗਦਾਨ ਕਰ ਦੇ ਵੀ ਭਲਾਇਆ ਨਹੀਂ ਜਾ ਸਕਦਾ ਭਗਵਾਨ ਤਮਨ ਸਰਕਾਰ ਦਾ ਵੱਡਾ ਫੈਸਲਾ ਮੁੱਖ ਮੰਤਰੀ ਦਫ਼ਤਰ ਚ ਆਉ ਭਗਤ ਬੰਦ ਨਹੀਂ ਮਿਲਣਗੇ ਵੈਸਨ ਬਰਫੀ ਤੇ ਪਨੀਰ ਪਕੌੜੇ ਪੰਜਾਬ ਸਿਵਲ ਸਕਰੇਟ ਵਿੱਚ ਸਥਿਤ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦੇ ਕਰਮਚਾਰੀਆਂ ਨੂੰ ਹੁਣ ਮੁਫਤ ਵਿੱਚ ਵੈਸਨ ਬਰਫੀ ਪਨੀਰ ਪਕੌੜੇ ਨਹੀਂ ਮਿਲਣਗੇ ਮੁੱਖ ਮੰਤਰੀ ਦਫ਼ਤਰ ਨੇ ਇਸ ਖਰਚੇ 'ਚ ਕਟੌਤੀ ਕਰ ਦਿੱਤੀ ਹੈ ਜੇਕਰ ਕੋਈ ਵਿਅਕਤੀ ਇਸ ਦਫ਼ਤਰ ਵਿੱਚ ਕਿਸੇ ਅਧਿਕਾਰੀ ਨੂੰ ਮਿਲਣਾ ਆਉਦਾ ਉਸ ਨੂੰ ਸਿਰਫ ਚਾਹ ਤੇ ਬਿਸਕਟ ਦਿੱਤੇ ਜਾਣਗੇ ਸੂਬੇ ਦੇ ਪ੍ਰਾਣਚਾਰੀ ਵਿਭਾਗ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਕੰਮ ਕਰਦੇ ਸੁਪਰਵਾਈਜ਼ਰ ਅਤੇ ਸੁਰੱਖਿਆ ਅਧਿਕਾਰੀ ਹੁਣ ਸਿਰਫ਼ ਚਾਹ ਨਾਲ ਬਿਸਕੁਟ ਲਈ ਪਰਚੀ ਭਰ ਸਕਣਗੇ ਜਿਗਰ ਜੋਗ ਹੈ ਕਿ ਮੁੱਖ ਮੰਤਰੀ ਦਫ਼ਤਰ ਚੋਂ ਖਰਚੇ ਜਾਣ ਵਾਲੇ ਫੰਡਾਂ 'ਚ ਭਾਰੀ ਕਮੀ ਆਈ ਹੈ ਆਪ ਦੀ ਸਰਕਾਰ ਆਉਣ ਤੋਂ ਬਾਅਦ ਦੁੱਧ ਦੀ ਖਰੀਦ ਘਟ ਗਈ ਹੈ ਵਿਦਿਆਰਥੀ ਦੇ ਸਕੂਲ ਬੈਗ ਚੋਂ ਨਿਕਲਿਆ ਖਤਰਨਾਕ ਕੋਬਰਾ ਵੀਡੀਓ ਦੇਖ ਲੋਕ ਹੋਏ ਹੈਰਾਨ ਕੌਫਨਾਕ ਨਾਜਾਇਜ਼ ਸਬੰਧਾ ਕਾਰਨ ਚਾਰ ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਵੱਢਿਆ ਗਲਾ ਮਲੋਟ ਵਿੱਚ ਚਾਰ ਬੱਚਿਆਂ ਦੀ ਮਾਂ ਨੇ ਨਾਜਾਇਜ਼ ਸਬੰਧ ਦਾ ਕਾਰਨ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਤੇਜ਼ ਤਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਥਾਣਾ ਸਿਟੀ ਮਲੋਟ ਪੁਲਿਸ ਦੇ ਵੱਲੋਂ ਪਤਨੀ ਅਤੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਰੇਲਵੇ ਕਲੋਨੀ ਚ ਰਹਿੰਦੇ ਅਮਰਨਾਥ ਪੁੱਤਰ ਉਮੇਦ ਕੁਮਾਰ 25 ਅਤੇ 24 ਸਤੰਬਰ ਦੀ ਦਰਮਿਆਨੀ ਰਾਤ ਨੂੰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਸਿਰ ਕੱਟੀ ਲਾਸ਼ ਨਜ਼ਦੀਕ ਝਾੜੀਆਂ ਤੋਂ ਮਿਲੀ ਸੀ ਪੁਲਿਸ ਵੱਲੋਂ ਜਾਂਚ ਕਰਨ ਮੌਕੇ ਉਸ ਦੀ ਪਤਨੀ ਘਰ ਤੋਂ ਫਰਾਰ ਸੀ ਵੱਡੀ ਖਬਰ ਹੈ ਜੀ ਟਰਾਂਸਪੋਰਟ ਟੈਂਡਰ ਘਟਾਲੇ ਚੋ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੇ ਕਰੀਬੀ ਸੰਨੀ ਪੱਲਾ ਨੂੰ ਮਿਲੀ ਰਾਹਤ ਅਦਾਲਤ ਨੇ ਕੀਤਾ ਰਿਹਾ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨਾ ਆਸ਼ੂ ਦੇ ਕਰੀਬੀ ਸੰਨੀਪੱਲਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦਰਨ ਅਦਾਲਤ ਨੇ ਉਸ ਨੂੰ ਰਹਾਅ ਕਰ ਦਿੱਤਾ ਸੰਨੀਪੱਲਾ ਦਾ ਰਮਾਨ ਖਤਮ ਹੋ ਗਿਆ ਇਸ ਮੌਕੇ ਰੌਨੀਤ ਬਿੱਟੂ ਵੀ ਸੰਨੀਪੱਲਾ ਨੂੰ ਸਮਰਥਨ ਦੇਣ ਲਈ ਅਦਾਲਤ ਵਿੱਚ ਪਹੁੰਚੇ ਉਹਨਾਂ ਨੇ ਕਿਹਾ ਜੀ ਅਸੀਂ ਜਾਂਚ ਵਿੱਚ ਸਮਰਥਨ ਦੇਣ ਨੂੰ ਤਿਆਰ ਹਾਂ ਪਰ ਜਾਂਚ ਸਹੀ ਹੋਣੀ ਚਾਹੀਦੀ ਹੈ ਉਸ ਵਿੱਚ ਰਾਜਨੀਤਿਕ ਬਦਲਾਖੋਰੀ ਨਹੀਂ ਹੋਣੀ ਚਾਹੀਦੀ ਵਿਜੀਲੈਂਸ ਦੇ ਐਸਐਸਪੀ ਵੱਲੋਂ ਬਿੱਟੂ ਦੀ ਕੀਤੀ ਸ਼ਿਕਾਇਤ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ ਉਹਨਾਂ ਖੁਦ ਹੀ ਇਹ ਗੱਲ ਆਪਣੇ ਤੇ ਲੈ ਲਈ ਅਸੀਂ ਜਾਇਦਾਦਾਂ ਦੀ ਜਾਂਚ ਕਰਵਾਉਣ ਤੋਂ ਮਨਾਂ ਨਹੀਂ ਕਰਦੇ ਪਰ ਜੋ ਸਹੀ ਹੈ ਉਹੋ ਜਾਣਕਾਰੀ ਹੈ ਉਹੀ ਦੇਣੀ ਚਾਹੀਦੀ ਹੈ ਇਹਨਾਂ ਛੇ ਮਰੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਆਮਲੇ ਦਾ ਸੇਵਨ ਫਾਇਦੇ ਤੋਂ ਜ਼ਿਆਦਾ ਹੋਵੇਗਾ ਨੁਕਸਾਨ ਜਾਣਨ ਦੇ ਲਈ ਚੈਨਲ ਦੇ ਪਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਕਿਸਾਨਾਂ ਦੇ ਲਈ ਦੀਵਾਲੀ ਤੋਹਫਾ ਅੱਧੀ ਕੀਮਤ ਤੇ ਪਾਓ ਨਵਾਂ ਟਰੈਕਟਰ ਸੋ ਕਿਸਾਨਾਂ ਦੇ ਲਈ ਦੁੱਗਣੀ ਖੁਸ਼ੀ ਦਾ ਸਮਾਂ ਆ ਗਿਆ ਜੀ ਦੀਵਾਲੀ ਦਾ ਮਾਹੌਲ ਅਤੇ ਦੂਜਾ ਸਰਕਾਰ ਵੱਲੋਂ ਖੇਤੀਬਾੜੀ ਨੂੰ ਵਧਾਉਣ ਲਈ ਨਵੀਆਂ ਸਕੀਮਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਦਿਵਾ ਕਿਸਾਨਾਂ ਨੂੰ ਦੀਵਾਲੀ ਤੋਹਫੇ ਦੇ ਰੂਪ ਵਿੱਚ ਟਰੈਕਟਰ ਖਰੀਦਣ ਦੀ ਆਫਰ ਦਿੱਤੀ ਜਾ ਰਹੀ ਹੈ ਜਿਸ ਚੰਗੀ ਗੱਲ ਹੈ ਕਿ ਟਰੈਕਟਰ ਖਰੀਦਣ ਲਈ ਕਿਸਾਨਾਂ ਨੂੰ ਸਿਰਫ ਅੱਧੀ ਕੀਮਤ ਦੇਣੀ ਪਵੇਗੀ ਕਿਸਾਨ ਭਰਾਵਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਤਹਿਤ ਟਰੈਕਟਰ ਖਰੀਦਣ ਲਈ ਅੱਧੇ ਪੈਸੇ ਦੇਣੇ ਹੋਣਗੇ ਬਾਕੀ ਸਰਕਾਰ ਦੇ ਵੱਲੋਂ 50% ਸਬਸਿਡੀ ਮਿਲੇਗੀ ਇਸ ਦੇ ਨਾਲ ਹੀ ਅੱਦੀ ਅਦਾਇਗੀ ਤੇ ਲੋਨ ਦੀ ਸਹੂਲਤੋ ਦਿੱਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਸਬਸਿਡੀ ਸਕੀਮ ਦੇ ਤਹਿਤ ਟਰੈਕਟਰ ਖਰੀਦਣ ਤੋਂ ਪਹਿਲਾਂ ਤੁਹਾਨੂੰ ਅਰਜੀ ਫਾਰਮ ਭਰਨਾ ਹੋਵੇਗਾ 5G ਸਰਵਿਸ ਰੀਚਾਰਜ ਪਲਾਨ ਦੀ ਕੀਮਤ ਬਾਰੇ ਵੱਡਾ ਖੁਲਾਸਾ ਆਨਲਾਈਨ ਕਮਿਊਨਿਟੀ ਪਲੇਟਫਾਰਮ ਦੀ ਇੱਕ ਰਿਪੋਰਟ ਦੇ ਅਨੁਸਾਰ ਆਉਣ ਵਾਲਾ ਬਹੁਤ ਸਾਰੇ ਉਪਭੋਗਤਾ 5G ਲੈਣ ਲਈ ਤਿਆਰ ਹਨ ਜੇਕਰ ਕਾਲ ਡ੍ਰੌਪ ਕਨੈਕਸ਼ਨ ਨੈਟਵਰਕ ਉਪਲਬਧਤਾ ਤੇ ਘੱਟ ਸਪੀਡ ਵਰਗੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ ਸੋ 5G ਜਾਣ ਦੇ ਇੱਛਕ ਲੋਕਾਂ ਵਿੱਚੋਂ 43% 3G 4G ਸੇਵਾਵਾਂ ਲਈ ਮੌਜੂਦਾ ਕੀਮਤ ਤੋਂ ਕੁਝ ਵਾਧਾ ਵੱਧ ਅਦਾ ਕਰਨ ਲਈ ਤਿਆਰ ਨਹੀਂ ਹਨ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇੱਕ ਰਿਪੋਰਟ ਚੋ ਦਿੱਤੀ ਗਈ ਆਨਲਾਈਨ ਕਮਿਊਨਿਟੀ ਪਲੇਟਫਾਰਮ ਦੇ ਰਿਪੋਰਟ ਅਨੁਸਾਰ ਬਹੁਤ ਸਾਰੇ ਉਪਭੋਗਤਾ 5G ਲਈ 5G ਲਈ ਤਿਆਰ ਹਨ ਜੇਕਰ ਕਾਲ ਡਰਾਪ ਕਨੈਕਸ਼ਨ ਨੈਟਵਰਕ ਅਤੇ ਘੱਟ ਸਪੀਡ ਵਰਗੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ ਦੁੱਧ ਚੋ ਗੁੜ ਮਿਲਾ ਕੇ ਪਾਣੀ ਨਾਲ ਹੁੰਦੇ ਨੇ ਅਨੇਕਾਂ ਫਾਇਦੇ ਮੌਸਮ ਤੇਜ਼ੀ ਦੇ ਨਾਲ ਬਦਲ ਰਿਹਾ ਜੀ ਠੰਡ ਨੇ ਦਸਤਕ ਦੇ ਦਿੱਤੀ ਹੈ ਸਰੀਰ ਨੂੰ ਬਦਲਦੇ ਮੌਸਮ ਤੋਂ ਬਚਾਉਣ ਲਈ ਸਰੀਰ ਨੂੰ ਗਰਮ ਰੱਖਣਾ ਸਿਹਤਮੰਦ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ ਹੈ ਸੋ ਪਤਲੇ ਲੋਕਾਂ ਨੂੰ ਅਕਸਰ ਇਮਿਊਨਿਟੀ ਘੱਟ ਹੁੰਦੀ ਹੈ ਤੇ ਉਹਨਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਇਸ ਲਈ ਸਿਹਤ ਲਈ ਦੁੱਧ ਅਤੇ ਗੁੜ ਦੋ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਕਮੀਆਂ ਦੂਰ ਕਰਦੀਆਂ ਨੇ ਜਿਹੜੀ ਪਾਚਨ ਦੇ ਵਿੱਚ ਸੁਧਾਰ ਕਰਦੀ ਹੈ ਤਕਾਬੜ ਦੂਰ ਹੁੰਦੀ ਹੈ ਤਣਾਅ ਘੱਟ ਹੁੰਦਾ ਹੈ ਪੰਜਾਬ ਦੇ ਵਿੱਚ ਘਟੇ ਪੈਟਰੋਲ ਤੇ ਡੀਜ਼ਲ ਦੇ ਪਾਸੋਂ ਵੱਡੀ ਖਬਰ ਹੈ ਜੀ ਅੱਜ ਦੀਆਂ ਕੀਮਤਾਂ ਚੋਂ ਜ਼ਿਆਦਾ ਬਦਲਾ ਨਹੀਂ ਦੇਖਿਆ ਗਿਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਰਕਰਾਰ ਨੇ ਸੋ ਪੰਜਾਬ ਦੇ ਵਿੱਚ ਜਿਹੜਾ 43 ਪੈਸੇ ਪੈਟਰੋਲ ਅਤੇ ਡੀਜ਼ਲ 43 ਪੈਸੇ ਘਟ ਗਿਆ ਹੈ ਐਸਵਾਈਐਲ ਤੇ ਸੋਨੀਆ ਮਾਨ ਦਾ ਬਿਆਨ ਜੇ ਹਰਿਆਣੇ ਨੂੰ ਪਾਣੀ ਦੀ ਲੋੜ ਆ ਤਾਂ ਜਰੂਰ ਦੇਣਾ ਚਾਹੀਦਾ ਜੀ ਪੰਜਾਬ ਤੇ ਪਾਣੀਆਂ ਦਾ ਮਸਲਾ ਅਜੇ ਹੱਲ ਨਹੀਂ ਹੋਇਆ ਸੋ ਪੰਜਾਬ ਤੇ ਹਰਿਆਣਾ ਐਸਵਾਈਐਲ ਦੇ ਪਾਣੀ ਨੂੰ ਲੈ ਕੇ ਆਪਣੀ ਗੱਲ ਤੇ ਅੜਿਆ ਐਸਵਾਈਐਲ ਦਾ ਮੁੱਦਾ ਬੀਤੇ ਕੱਲ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਕੁਮੇਸ਼ ਤਿਆਮੂ ਸਾਹਮਣੇ ਹੋ ਕੇ ਵਿਚਾਰ ਚਰਚਾ ਕੀਤੀ ਇਸ ਮੁੱਦੇ ਨੂੰ ਲੈ ਕੇ ਅਦਾਕਾਰ ਸੋਨੀਆ ਮਾਨ ਦਾ ਇੱਕ ਬਿਆਨ ਸਾਹਮਣੇ ਆਇਆ ਜ ਜਿਉਂਨਾਂ ਨੇ ਕਿਹਾ ਜੀ ਹਰਿਆਣਾ ਪੰਜਾਬ ਦਾ ਹਿੱਸਾ ਰਿਹਾ ਤੇ ਉਹ ਸਾਡਾ ਛੋਟਾ ਭਰਾ ਸਲੀ ਜੇਕਰ ਹਰਿਆਣੇ ਨੂੰ ਪਾਣੀ ਦੀ ਲੋੜ ਹੈ ਤਾਂ ਦੇਣਾ ਚਾਹੀਦਾ ਸੋਨੀਆ ਮਾਨ ਦੇ ਇਸ ਬਿਆਨ ਨੇ ਹਲਚਲ ਮਚਾ ਦਿੱਤੀ ਹੈ। ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਉੱਤੇ ਐਮਪੀ ਬਿੱਟੂ ਦਾ ਬਿਆਨ ਕਿਹਾ ਸਾਡੇ ਚਖਮਾ ਤੇ ਲੂਣ ਛਿੜਕਿਆ ਜਾ ਰਿਹਾ ਹੈ ਐਮਪੀ ਰਵਨੀਤ ਬਿੱਟੂ ਨੇ ਕਿਹਾ ਜੀ ਉਸ ਨੂੰ ਬਾਬਾ ਨਹੀਂ ਬਲਕਿ ਬੁੱੱਜੜ ਕਹਿਣਾ ਚਾਹੀਦਾ ਹੈ ਪੰਜਾਬ ਵਿਜੀਲੈਂਸ ਅਤੇ ਸੰਸਦ ਬਿੱਟੂ ਆਮੂ ਸਾਹਮਣੇ ਸਭ ਵੱਡੀ ਖਬਰ ਹੈ ਜੀ ਬਿੱਟੂ ਦੀ ਵਿਜੀਲੈਂਸ ਅਧਕਾਰੀਆਂ ਨਾਲ ਬੈਸ ਹੋ ਗਈ ਹੈ ਇਸ ਮਾਮਲੇ ਨੂੰ ਵਿਜੀਲੈਂਸ ਨੇ ਸੀਪੀ ਨੂੰ ਰਿਮਾਈਂਡਰ ਭੇਜਿਆ ਹੈ ਕਿ ਬਿੱਟੂ ਖਿਲਾਫ ਕੇਸ ਦਰਜ ਕੀਤਾ ਜਾਵੇ ਜਦਕਿ ਬਿੱਟੂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਹੈ ਕਿ ਵਿਜੀਲੈਂਸ ਅਧਿਕਾਰੀ ਆਸ਼ੂ ਦੇ ਕਰੀਬੀਆਂ ਕਾਂਗਰਸੀ ਵਰਕਰਾਂ ਦੇ ਕਾਉਂਸਲਰਾਂ ਨੂੰ ਬਿਨਾਂ ਵਜਾ ਪਰੇਸ਼ਾਨ ਕਰ ਰਹੇ ਨੇ 230 ਦੀ ਸਪੀਡ ਨਾਲ ਕਨਟੇਨਰ ਨਾਲ ਟਕਰਾਇ ਬੀ ਐਮ ਡਬਲਯੂ ਐਫ ਬੀ ਤੇ ਲਾਈਵ ਕਰ ਰਹੇ ਚਾਰੋਂ ਕਾਰ ਸਵਾਰਾਂ ਦੀ ਮੌਤ ਤੋਂ ਵੱਡੀ ਖਬਰ ਦੁਖਦਈ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਇੱਕੋ ਪਿੰਡ ਵਿੱਚ 12 ਗੁਰੂ ਘਰ ਤੇ ਸ਼ਮਸ਼ਾਨ ਘਾਟਾਂ ਦਾ ਸ਼ਰੋਣੀ ਕਮੇਟੀ ਨੇ ਲਿਆ ਗੰਭੀਰ ਨੋਟਿਸ ਇੱਕ ਤੋਂ ਵੱਧ ਹੋਣ ਤੇ ਹੋਵੇਗੀ ਕਾਰਵਾਈ ਪੰਜਾਬ ਪੁਲਿਸ ਦੀ ਕਾਰ ਤੇ ਤੂੜੀ ਨਾਲ ਪਰੇ ਟਰੱਕ ਵਿਚਾਲੇ ਜਬਰਦਸਤ ਟੱਕਰ ਇੱਕ ਜਵਾਨ ਦੀ ਮੌਤ ਪੁਲਿਸ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਹੋਮਗਾਰਡ ਜਵਾਨ ਅੰਗਰੇਜ਼ ਸਿੰਘ ਦੀ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਤਿਹਾਰਾ ਕਰਨ ਪੁਲਿਸ ਦੇ ਰਾਤ ਨਾਕਾਬੰਦੀ ਕਰਕੇ ਵਾਪਸ ਆ ਰਹੀ ਸੀ ਥਾਣਾ ਦਿਆਲਪੁਰਾ ਦੀ ਪੁਲਿਸ ਪਾਰਟੀ ਡੇਰਾ ਸੌਚਾ ਸੌਦਾ ਸਲਾਬਤਪੁਰਾ ਦੇ ਨੇੜੇ ਪੁਲਿਸ ਦੀ ਗੱਡੀ ਤੂੜੀ ਨਾਲ ਪਰੇ ਟਰੱਕ ਦੇ ਵਿੱਚ ਟਕਰਾ ਗਈ ਐਸਵਾਈਐਲ ਤੇ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੰਨਿ ਨਿਸ਼ਾਨੇ ਕੈਪਟਨ ਨੂੰ ਦੱਸਿਆ ਪਾਣੀਆਂ ਦਾ ਰਾਖਾ ਚੰਗੇ ਭਵਿੱਖ ਦੇ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਪਾਕਿਸਤਾਨ ਦੇ ਸਾਬਕਾ ਚੀਫ ਜਸਟਿਸ ਦੀ ਗੋਲੀ ਮਾਰ ਕੇ ਹੱਤਿਆ ਮਸਜਿਦ ਦੇ ਬਾਹਰ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ ਨਮਾਜ਼ ਅਦਾ ਕਰਨ ਤੋਂ ਬਾਅਦ ਮਸਜਿਦ ਤੋਂ ਬਾਹਰ ਨਿਕਲੇ ਖਾਨਨ ਦੇ ਸੁਪਰੀਡੈਂਟ ਪੁਲਿਸ ਸੁਪਰੀਡੈਂਟ ਹਾਸਿਫ ਹਲੀਮੀ ਨੇ ਦੱਸਿਆ ਕਿ ਖਾਨਨ ਇਹ ਆਮਲੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮਿਲ ਮਰ ਤੱਕ ਇਲਾਜ ਦਿੱਤਾ بلوچستان ਦੇ ਮੁੱਖ ਮੰਤਰੀ ਨੇ ਇਸ ਦੀ ਨਿੰਦਾ ਕੀਤੀ ਸਾਬਕਾ ਆਜ਼ਾਦੀ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਮਰੀ ਅਬਦੁਲ ਕੁਦਸ ਨੇ ਕਿਹਾ ਕਿ ਉਹਨਾਂ ਦੀਆਂ ਸੇਵਾਵਾਂ ਭੁੱਲਣ ਯੋਗ ਨਹੀਂ ਹਨ ਮੁਹਾਲੀ ਦੇ ਵਿੱਚ ਬੱਚੇ ਦੇ ਜਨਮ ਦਿਨ ਪਾਰਟੀ ਦੌਰਾਨ ਲੋਕਾਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਚਾਰ ਲੋਕ ਗ੍ਰਿਫਤਾਰ ਕਰ ਲਏ ਗਏ ਹਨ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਹੋਸਟ ਮੁੰਡਿਆਂ ਦੇ ਹੋਸਟਲ ਵਿੱਚ ਚੱਲੀ ਗੋਲੀ ਮੌਕੇ ਤੇ ਪੁਲਿਸ ਪੁਲਿਸ ਨੇ ਮੁੰਡਿਆਂ ਦੇ ਹੋਸਟਲ ਨੰਬਰ 5 ਦੇ ਨੇੜੇ ਗੋਲੀ ਚੱਲਣ ਦੀ ਸੂਚਨਾ ਮਿਲੀ ਸਿਸ ਤੋਂ ਬਾਅਦ ਡੀਐਸਪੀ ਸੈਂਟਰਲ ਗੁਰਮukh ਸਿੰਘ ਅਤੇ ਸੈਕਟਰ 11 ਦੇ ਐਸਐਚਓ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਕਈ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪੁਲਿਸ ਮੁਤਾਬਕ ਨੌਜਵਾਨਾਂ ਨੇ ਖਡਾਉਣਾ ਪਿਸਤੌਲ ਨਾਲ ਪਟਾਕੇ ਚਲਾਏ ਸਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੀ 40 ਲੱਖ ਲਾ ਕੇ ਨਿਊਜ਼ੀਲੈਂਡ ਭੇਜੀ ਪਤਨੀ ਨੇ ਦਿਖਾਇਆ ਤੇਵਰ ਸੋਚਿਆ ਵੀ ਨਹੀਂ ਸੀ ਕਿ ਇਦਾਂ ਕੁਝ ਹੋ ਜਾਵੇਗਾ 4 ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨਾ ਲਾਗੂ ਹੋਈਆਂ ਤਾਂ ਵੀ ਨੂੰ ਹੋਵੇਗਾ ਵੱਡਾ ਐਕਸ਼ਨ ਉਗਰਾਹਣੇ ਕਰਤਾ ਵੱਡਾ ਐਲਾਨ ਰੂਸ ਨੇ ਫਿਨਲੈਂਡ ਨਾਰਵੇਸ ਸਰਹੱਦ ਤੇ ਤਨਾਇਦ ਕੀਤੇ ਪਰਮਾਣੂ ਬੰਬ ਵਿਧਿਆਤਨਾ ਪਾਕਿਸਤਾਨ ਦੇ ਵਿੱਚ ਹਸਪਤਾਲ ਦੀ ਛੱਤ ਤੇ ਮਿਲੀਆਂ 500 ਲਾਚਾਂ ਮੱਚੀ ਖਲਬਲੀ ਅਖਲੇਸ਼ ਜਾਦਵ ਦੇ ਘਰ ਪਹੁੰਚੇ ਸੁਖਬੀਰ ਬਾਦਲ ਮੁਲਾਇਮ ਸਿੰਘ ਯਾਦਵ ਨੂੰ ਦਿੱਤੀ ਸ਼ਰਧਾਂਜਲੀ ਏਟੀਐਫ ਆਈ ਦੇ ਕੌਮੀ ਪ੍ਰਧਾਨ ਵਿਰੇਸ਼ ਸੰਧਿਆਲਾ ਨੇ ਅਮਰਤਪਾਲ ਸਿੰਘ ਨੂੰ ਕਿਹਾ ਖਾਲਸਤਾਨੀ 100 ਵਿਅਕਤੀ ਦੇ ਵੱਲੋਂ ਕੇਂਦਰੀ ਜੇਲ੍ਹ ਪਿੱਛੇ ਸੁੱਟੇ ਲਫਾਫੇ 'ਚੋਂ ਸਮਾਨ ਦੇਖ ਕੇ ਪੁਲਿਸ ਹੋਈ ਹੈਰਾਨ ਤੇ ਕਪੂਰਥਲਾ ਵਿੱਚ 30 ਲੋਕਾਂ ਵੱਲੋਂ ਪੁਲਿਸ ਵਾਲਿਆਂ ਤੇ ਜਾਨਲੇਵਾ ਹਮਲਾ ਕਾਰ ਓਵਰਟੇਕ ਕਰਨ ਨੂੰ ਲੈ ਕੇ ਹੋਇਆ ਝਗੜਾ ਸੋ ਮੂਸੇ ਵਾਲਾ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਜਗਤਾਰ ਮੂਸਾ ਦੀ ਮਾਂ ਹੀ ਸਾਹਮਣੇ ਕਿਹਾ ਮੇਰਾ ਮੁੰਡਾ ਬੇਕਸੂਰ ਹੈ ਫੌਜ ਦੇ ਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਪੀੜਤ ਪਰਿਵਾਰ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਰੋਸ ਵਿਖਾਵਾ 15 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਪਾਕਿਸਤਾਨ ਦੀ ਦੌੜ ਦੌਰਾ ਕਰੇਗੀ ਟੀਮ ਇੰਡੀਆ ਤੇ ਸਰਦੀਆਂ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਸੋ ਇਸ ਦਿਨ ਟਰਾਂਸਫਰ ਕੀਤੇ ਜਾਣਗੇ 12ਵੀਂ ਕਿਸ਼ਤ ਦੇ ਪੈਸੇ ਤੇ ਉਧਰੋਂ ਦਿਵਾਲੀ ਤੋਂ ਪਹਿਲਾਂ ਰਾਸ਼ਨ ਕਾਰਟ ਧਾਰਕਾਂ ਲਈ ਵੱਡੀ ਖੁਸ਼ਖਬਰੀ ਅੱਜ ਕਰਿਆਨੇ ਦਾ ਸਾਮਾਨ ਮਿਲੇਗਾ ਮੁਫਤ ਜੰਮੂ ਕਸ਼ਮੀਰ ਦੇ ਵਿੱਚ ਵੱਡੀ ਆਤਵਾਦੀ ਸਾਜ਼ਿਸ਼ ਸਫਲ ਕਰ ਦਿੱਤੀ ਗਈ ਹੈ ਜੀ ਤੇ ਬਟਾਲਾ ਦੇ ਵਿੱਚ ਜ਼ਬਰਦਸਤ ਐਨਕਾਊਂਟਰ ਦੀ ਵੀਡੀਓ ਸਾਹਮਣੇ ਆ ਗਈ ਹੈ ਤੇ ਕੇਂਦਰੀ ਮੁਲਾਜ਼ਮਾਂ ਨੂੰ ਦਿਵਾਲੀ ਤੇ ਤੋਹਫਾ ਹੈ ਤੇ ਰਾਮ ਰਹੀਮ ਕਲੂਨ ਲਈ ਖਤਰਾ ਨਹੀਂ ਜਿਨ੍ਹਾਂ ਨੂੰ ਅਦਾਲਤ ਤੇ ਉਹ ਪਹੁੰਚ ਕਰਨ ਅਦਾਲਤ ਦੇ ਵਿੱਚ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤੇ ਕਾਲੀ ਆਗੂ ਕੋਲੋਂ 1/2 ਕਿਲੋ ਅਫੀਮ ਬਰਾਮਦ